ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਰਵੀਰ ਸਿੰਘ ਹੈ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਨਪੁਰ ਦਾ ਵਿਦਿਆਰਥੀ ਹਾਂ ਅੱਜ ਮੈਂ ਤੁਹਾਨੂੰ ਦੱਸਾਂਗਾ ਕਿ ਸਾਬਣ ਚਾਹੇ ਕਿਸੇ ਵੀ ਰੰਗ ਦਾ ਹੋਵੇ ਪਰ ਉਸਦੀ ਝਾਗ ਹਮੇਸ਼ਾ ਸਫੇਦ ਨਜ਼ਰ ਆਉਂਦੀ ਹੈ ਕੀ ਤੁਸੀਂ ਸੋਚ ਸਕਦੇ ਹੋ ਇਸ ਦਾ ਕੀ ਕਾਰਨ ਹੋ ਸਕਦਾ ਹੈ ਇਸ ਦਾ ਵਿਗਿਆਨੀ ਕਾਰਨ ਇਹ ਹੈ ਕਿ ਕਿਸੇ ਵੀ ਵਸਤੂ ਦਾ ਆਪਣਾ ਕੋਈ ਰੰਗ ਨਹੀਂ ਹੁੰਦਾ ਪਰ ਉਸ ਉੱਤੇ ਜਦੋਂ ਪ੍ਰਕਾਸ਼ ਦੀਆਂ ਕਿਰਨਾਂ ਪੈਂਦੀਆਂ ਹਨ ਤਾਂ ਉਹ ਬਾਕੀ ਰੰਗਾਂ ਨੂੰ ਸੋਖ ਲੈਂਦੀ ਹੈ ਪਰ ਜਿਹੜੇ ਰੰਗਾਂ ਨੂੰ ਪ੍ਰਾਵਰਤਿਤ ਕਰਦੀ ਹੈ ਉਹੀ ਉਸ ਵਸਤੂ ਦਾ ਰੰਗ ਹੁੰਦਾ ਹੈ ਜਦੋਂ ਕੋਈ ਵਸਤੂ ਸਾਰੇ ਰੰਗਾਂ ਨੂੰ ਸੋਖ ਲੈਂਦੀ ਹੈ ਤਾਂ ਉਹ ਕਾਲੀ ਨਜ਼ਰ ਆਉਂਦੀ ਹੈ ਪਰ ਜਦੋਂ ਕੋਈ ਵਸਤੂ ਸਾਰੇ ਰੰਗਾਂ ਨੂੰ ਪ੍ਰਾਵਰਤਿਤ ਕਰਦੀ ਹੈ ਤਾਂ ਉਹ ਸਫੈਦ ਦਿਖਾਈ ਦਿੰਦੀ ਹੈ ਧੰਨਵਾਦ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਅਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਸੋਈ ਮੈਥ ਨੂੰ ਸਬਸਕ੍ਰਾਈਬ ਕਰੋ ਧੰਨਵਾਦ